ਭਾਰਤ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਸ਼ਰਧਾਲੂਆਂ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਲਈ ਨਵੇਂ ਬਣ ਰਹੇ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸੇ ਲਾਂਘੇ ਰਾਹੀਂ ਭਾਰਤ ਦੇ ਵਸਨੀਕ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾ ਸਕਣਗੇ। ਭਾਵੇਂ ਇਹ ਲਾਂਘਾ ਸਾਰਾ ਸਾਲ ਖੁੱਲ੍ਹਿਆ ਰਹਿਣਾ ਹੈ ਅਤੇ $20 ਫੀਸ ਦੇ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਇਆ ਜਾ ਸਕਦਾ ਹੈ, ਪਰ ਸ਼ੁਰੂਆਤ ਦੇ ਦਿਨਾਂ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਾਣ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੁਵਿਧਾ ਕੇਂਦਰਾਂ 'ਤੇ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਭਾਰੀ ਭੀੜ ਦੇਖਣ ਨੂੰ ਸਾਹਮਣੇ ਆ ਰਹੀ ਹੈ। ਫਾਰਮ ਸਾਰੇ ਸੇਵਾ ਕੇਂਦਰਾਂ 'ਚ ਭਰੇ ਜਾ ਰਹੇ ਆ, ਅੰਮ੍ਰਿਤਸਰ ਦੇ 41 ਸੇਵਾ ਕੇਂਦਰ ਆ, ਸਾਰਿਆਂ ਦੇ ਵਿੱਚ ਫਾਰਮ ਫਿਲ ਹੋ ਰਹੇ ਆ। ਪਬਲਿਕ ਬਹੁਤ ਹੁੰਮ ਹੁਮਾ ਕੇ ਪਹੁੰਚ ਰਹੀ ਹੈ, ਚਾਹ ਵਾ ਪਬਲਿਕ ਨੂੰ, ਖਾਸ ਕਰਕੇ ਸਿੱਖ ਕੌਮ ਦੇ ਜਿਹੜੇ ਪਬਲਿਕ ਆ ਰਹੀ ਆ ਸਾਡੇ ਕੋਲ ਅਤੇ ਔਨਲਾਈਨ ਫਾਰਮ ਓਪਰੇਟਰ ਨੇ ਫਿਲ ਕਰਨਾ ਆ, ਉਹਦੇ ਜਿਹੜੇ ਪਾਸਪੋਰਟ ਤੋਂ ਇਨਫੋਰਮੇਸ਼ਨ ਦੇਖ ਕੇ ਓਪਰੇਟਰ ਫਾਰਮ ਫਿਲ ਕਰੂਗਾ ਅਤੇ ਸਿਟੀਜ਼ਨ ਖੁਦ ਵੀ ਫਾਰਮ ਫਿਲ ਕਰ ਸਕਦਾ ਵਾ। ਸੇਵਾ ਕੇਂਦਰ ਵਿੱਚ ਫਾਰਮ ਫਰੀ ਦਿੱਤੇ ਜਾ ਰਹੇ ਨੇ ਅਤੇ ਜੇ ਸਾਡੇ ਓਪਰੇਟਰ ਤੋਂ ਸਿਟੀਜ਼ਨ ਫਾਰਮ ਫਿਲ ਕਰਵਾਉਂਦਾ ਆ ਉਹਦੇ ਰੁਪਏ ਚਾਰਜਿਸ ਰੱਖੇ ਆ ਅਤੇ ਬਾਕੀ ਜਿਹੜੇ ਕੋਈ ਵੀ ਫੀਸ ਨਹੀਂ ਹੈਗੀ, ਨਾ ਕੋਈ ਸਰਕਾਰੀ ਨਾ ਕੋਈ ਫੈਸਿਲੀਟੇਸ਼ਨ, ਸਿਰਫ ਇੱਕ ਫਾਰਮ ਭਰਨ ਦੇ ਰੁਪਏ ਜੇ ਉਹ ਵੀ ਸਿਟੀਜ਼ਨ ਖੁਦ ਭਰ ਲੈਂਦਾ ਤਾਂ ਉਹ ਵੀ ਨਹੀਂ ਲੱਗਣਗੇ। ਕੀ ਸ਼ਰਤਾਂ ਹੈਗੀਆਂ ਜੀ? ਸ਼ਰਤਾਂ ਐਸ ਪਰ ਡਿਪਾਰਟਮੈਂਟ ਇਨਫੋਰਮੇਸ਼ਨ ਸਾਡੇ ਕੋਲ ਪਾਸਪੋਰਟ ਹਲੇ ਮੰਡੇਟਰੀ ਅਤੇ ਇੱਕ ਫੋਟੋਗ੍ਰਾਫ ਸਿਟੀਜ਼ਨ ਦੀ, ਓਰੀਜਨਲ ਸਕੈਨ ਹੋਣੀ ਆ, ਫੋਟੋਗ੍ਰਾਫ ਅਤੇ ਓਰੀਜਨਲ ਪਾਸਪੋਰਟ ਸਕੈਨ ਹੋਣਾ ਵਾ ਔਨਲਾਈਨ ਪੋਰਟਲ ਦੇ ਉੱਪਰ, ਬਾਕੀ ਕੋਈ ਹੋਰ ਫੋਰਮੈਲਿਟੀ ਨਹੀਂ ਹੈਗੀ ਐਟ ਪ੍ਰੈਜੈਂਟ। ਬਾਕੀ ਜੋ ਡਿਪਾਰਟਮੈਂਟ ਤੋਂ ਰਿਟਨ ਇੰਸਟਰਕਸ਼ਨ ਆਉਣਗੀਆਂ ਉਹ ਤੁਰੰਤ ਇੰਪਲੀਮੈਂਟ ਕੀਤੀਆਂ ਜਾਣਗੀਆਂ। ਸ਼ਰਧਾਲੂਆਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ? ਸ਼ਰਧਾਲੂਆਂ ਨੂੰ ਮੇਰੇ ਵੱਲੋਂ ਮੁਬਾਰਕ ਆ ਸਾਰਿਆਂ ਨੂੰ ਵੀ, ਕਈਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਅ ਸੀਗਾ ਵੀ ਇਹ ਚੀਜ਼ ਮੱਥਾ ਟੇਕਣ ਜਾਈਏ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰੇ, ਉਹਨਾਂ ਦਾ ਜਿਹੜਾ ਇਹ ਸੁਪਨਾ ਵਾ ਇਹ ਗੌਰਮੈਂਟ ਨੇ ਪੂਰਾ ਕਰ ਦਿੱਤਾ ਆ ਅਤੇ ਚਾਅ ਵਾ ਸਾਰਿਆਂ ਨੂੰ, ਤੁਸੀਂ ਦੇਖੋ ਗੱਲ ਕਰਕੇ ਖੁਸ਼ੀ ਨੇ ਸਾਰੇ। ਅੰਮ੍ਰਿਤਸਰ ਵਿਖੇ ਤਕਰੀਬਨ 41 ਸੁਵਿਧਾ ਕੇਂਦਰ ਹਨ ਅਤੇ ਹਰ ਇੱਕ 'ਤੇ ਇਸੇ ਤਰ੍ਹਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂਆਂ ਵੱਲੋਂ ਆਪਣੇ ਆਪ ਮੁਫ਼ਤ ਵਿੱਚ ਫਾਰਮ ਭਰੇ ਜਾ ਰਹੇ ਨੇ ਅਤੇ ਕੇਂਦਰ ਦੇ ਅਧਿਕਾਰੀ ਤੋਂ ਭਰਵਾਉਣ ਲਈ 20 ਰੁਪਏ ਦੀ ਫੀਸ ਵੀ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਤੇ ਵੀਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।